ਅਜੀਤ ਰੈਸਪੀ ਦੇ ਦਰਸ਼ਕਾਂ ਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਲੋ ਜੀ ਪਤੰਗਾਂ ਦਾ ਮੌਸਮ ਆ ਗਿਆ ਹੈ ਅਸੀਂ ਜਦੋਂ ਛੋਟੇ ਹੁੰਦੇ ਸੀਗੇ ਪਤੰਗਬਾਜ਼ੀ ਉਸ ਸਮੇਂ ਵੀ ਸੀ ਤੇ ਪਤੰਗਬਾਜ਼ੀ ਹੁਣ ਵੀ ਹੈ ਤੇ ਧੁੱਪ ਦੀ ਪਰਵਾਹ ਨਾ ਬਾਰਿਸ਼ ਦੀ ਪਰਵਾਹ ਹੁੰਦੀ ਸੀ ਸ਼ਾਇਦ ਇਹੀ ਸਾਡੀ ਆਜ਼ਾਦੀ ਸੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਫਿਰ ਤੀਜੀ ਛੱਤ ਬਸ ਸਾਰਾ ਦਿਨ ਪਤੰਗਬਾਜ਼ੀ ਹੀ ਪਤੰਗਬਾਜ਼ੀ ਅਸਮਾਨ ਨੂੰ ਛੂਹ ਲੈਣ ਦੀ ਖੁਆਇਸ਼ ਉਸ ਸਮੇਂ ਵੀ ਸੀ ਤੇ ਹੁਣ ਵੀ ਹੈ ਤੇ ਹੌਸਲੇ ਸਾਡੇ ਬੁਲੰਦ ਨੇ ਤੇ ਹਮੇਸ਼ਾ ਅਸੀਂ ਇਹੀ ਖੁਆਇਸ਼ ਕੀਤੀ ਹੈ ਕਿ ਆਸਮਾਨ ਨੂੰ ਛੂਹੀਏ ਤੇ ਲੋ ਜੀ ਅੱਜ ਅਸੀਂ ਨਵੀਂ ਰੈਸਪੀ ਲੈ ਕੇ ਫਿਰ ਤੋਂ ਹਾਜ਼ਰ ਹੋ ਗਏ ਹਾਂ ਤੇ ਚਲੋ ਆਓ ਸਾਰੇ ਜਣੇ ਕਿਚਨ ਚ ਚੱਲੀਏ ਹਾਂਜੀ ਤਿਲ ਵਾਲੀ ਬਰਫੀ ਬਣਾਉਣ ਜਾ ਰਹੇ ਹਾਂ ਗੈਸ ਅਸੀਂ ਕਰ ਦਿੱਤੀ ਹੈ ਓਨ ਥੋੜੇ ਜਿਹੇ ਤਿਲ ਜਿਹੜੇ ਹੈਗੇ ਅਸੀਂ ਉਹਨਾਂ ਨੂੰ ਭੁੰਨਾਂਗੇ ਬਹੁਤ ਜ਼ਿਆਦਾ ਨਹੀਂ ਭੁੰਨਣਾ ਬਸ ਸਿਰਫ ਜਸਟ ਥੋੜਾ ਜਿਹਾ ਜਿਹੜਾ ਚਟਕਾਰਾ ਜਿਹਾ ਜੀ ਕਲਰ ਨਹੀਂ ਚੇਂਜ ਕਰਨਾ ਤਿਲਾਂ ਦਾ ਇਹ ਇਸ ਲਈ ਭੁੰਨ ਰਹੇ ਹਾਂ ਕਿਉਂਕਿ ਇਹਨਾਂ ਦੀ ਜਿਹੜੇ ਹੈਗੇ ਤਿਲ ਹੈਗੇ ਸੋਗੀ ਜੇ ਹੋਈ ਹੁੰਦੀ ਹੈ ਇਹਦੇ ਨਾਲ ਥੋੜਾ ਜਿਹਾ ਕਰੰਚ ਜਿਹਾ ਆਏਗਾ ਕਿਉਂਕਿ ਅਸੀਂ ਬਰਫੀ ਜੋ ਬਣਾਉਣੀ ਹੈਗੀ ਤਿਲਾਂ ਦੀ ਤੇ ਇਸ ਲਈ ਇਸਦੇ ਵਿੱਚ ਕਰੰਚ ਜ਼ਰੂਰੀ ਹੈ ਨਾ ਬਸ 2 ਮਿੰਟ ਇਹਨੂੰ ਬੀਤ ਦਾਂਗੇ ਉੱਧਰ ਅਸੀਂ ਗੈਸ ਔਨ ਕਰ ਦਿੱਤੀ ਹੈ ਤੇ ਉਹਦੇ ਵਿੱਚ ਅਸੀਂ 1 ਕੱਪ ਜਿਹੜਾ ਹੈਗਾ ਪਾਣੀ ਪਾਵਾਂਗੇ ਨਾਲ ਹੀ ਉਹਦੇ ਵਿੱਚ ਅਸੀਂ 1 ਕੋਲੀ ਜਿਹੜੀ ਹੈਗੀ ਚੀਨੀ ਪਾ ਦਾਂਗੇ ਇਹ ਸਿਰਫ ਬਣਾਵਾਂਗੇ ਬਿਲਕੁਲ ਚੰਗੀ ਤਰ੍ਹਾਂ ਜਦੋਂ ਚੀਨੀ ਚੰਗੀ ਤਰ੍ਹਾਂ ਘੁਲ ਜਾਏਗੀ ਉਸਦੇ ਬਾਅਦ ਇਸਨੂੰ ਅਸੀਂ ਜਿਹੜੀ ਥੋੜੀ ਜਿਹੀ ਤਾਲ ਦੀ ਚਾਸਣੀ ਕਹਿ ਲਓ ਬਸ ਜਸਟ ਚਾਸਣੀ ਬਣਾਉਣੀ ਹੈ ਤਿਲ ਸਾਡੇ ਭੁੱਜ ਚੁੱਕੇ ਨੇ ਆ ਦੇਖੋ ਕਿੰਨੇ ਵਧੀਆ ਫੁੱਲ ਗਏ ਨੇ ਇਹਦੀ ਪਹਿਚਾਣ ਹੈ ਜਦੋਂ ਤਿਲ ਥੋੜੇ ਜਿਹੇ ਮੋਟੇ ਜਿਹੇ ਹੋ ਜਾਣ ਨਾ ਤੇ ਸਮਝ ਲਓ ਇਹ ਬਿਲਕੁਲ ਤਿਆਰ ਨੇ ਤੇ ਹੁਣ ਅਸੀਂ ਇਸਨੂੰ ਇੱਕ ਕੋਲੀ ਪਲੇਟ ਕੱਢ ਰਹੇ ਹਾਂ ਤਿਲਾਂ ਨੂੰ ਤਿਲ ਭੁੱਜ ਚੁੱਕੇ ਨੇ ਅੱਧਾ ਕੋਲੀ ਅਸੀਂ ਜਿਹੜੀ ਹੈਗੀ ਦੇਸੀ ਘਿਓ ਦੀ ਪਾਵਾਂਗੇ ਤੁਸੀਂ ਨੋਰਮਲ ਘਿਓ ਵੀ ਐਡ ਕਰ ਸਕਦੇ ਹੋ ਪਰ ਅਸੀਂ ਜਿਹੜਾ ਕਿ ਇਹ ਸਵੀਟ ਬਣਾਉਣ ਜਾ ਰਹੇ ਹਾਂ ਅੱਜ ਪਤੰਗਾਂ ਉੱਡ ਰਹੀਆਂ ਨੇ ਖੂਬ ਜ਼ਬਰਦਸਤ ਸਾਰੇ ਜਿਹਨੇ ਉਡਾ ਰਹੇ ਨੇ ਤੇ ਅਸੀਂ ਵਧੀਆ ਜਿਹੀ ਇੱਕ ਰੈਸਪੀ ਹੈ ਜਿਹੜੀ ਆਰਾਮ ਨਾਲ ਖਾਧੀ ਜਾਏ ਤੇ ਨਾਲ ਹੀ ਉਹਦੇ ਵਿੱਚ ਪਤੰਗ ਵੀ ਜਿਹੜੀ ਹੈ ਉਡਾਈ ਜਾਏ ਬਸ ਤੇ ਲੋ ਜੀ ਸਾਡਾ ਜਿਹੜਾ ਘਿਓ ਹੈ ਥੋੜਾ ਜਿਹਾ ਮੈਲਟ ਹੋ ਗਿਆ ਉਸਦੇ ਵਿੱਚ ਅਸੀਂ 1 ਜਿਹੜੀ ਹੈਗੀ ਕੋਲੀ ਪੂਰੀ ਸੂਜੀ ਦੀ ਐਡ ਕਰਾਂਗੇ 1 ਕੋਲੀ ਸੂਜੀ ਐਡ ਕਰ ਬਸ ਇਹਦੀ ਖੁਸ਼ਬੂ ਆਉਣ ਤੱਕ ਅਸੀਂ ਇਹਨੂੰ ਭੁੰਨਾਂਗੇ ਜਦੋਂ ਇਹਦੀ ਖੁਸ਼ਬੂ ਆ ਜਾਏ ਉੱਧਰ ਸਾਡਾ ਜਿਹੜਾ ਹੈਗਾ ਸਿਰਫ ਵੀ ਤਿਆਰ ਹੋ ਰਿਹਾ ਹੈਗਾ ਚੀਨੀ ਜ਼ਿਆਦਾ ਮੋਟੀ ਹੋਵੇ ਤੇ ਫਿਰ ਥੋੜਾ ਜਿਹਾ ਟਾਈਮ ਲੱਗਦਾ ਸਾਡੀ ਚੀਨੀ ਥੋੜੀ ਜਿਹੀ ਬਰੀਕ ਹੀ ਹੈ ਬਹੁਤ ਜ਼ਿਆਦਾ ਮੋਟੀ ਨਹੀਂ ਹੈ ਬਸ ਥੋੜੀ ਜਦੋਂ ਬਿਲਕੁਲ ਚੀਨੀ ਘੁਲ ਜਾਏ ਸਿਰਫ ਦੇ ਵਿੱਚ ਫਿਰ ਅਸੀਂ ਇਸਦੀ ਗੈਸ ਬੰਦ ਕਰਾਂਗੇ ਹਾਂ ਇੱਧਰ ਖੁਸ਼ਬੂਆਂ ਵੀ ਤਿਆਰ ਦੇਖੋ ਮਿੰਟਾਂ ਸਟੇਟਾਂ 'ਚ ਬਰਫੀ ਬਣੇਗੀ ਤਿਲ ਦੀ ਬਰਫੀ ਤਿਲ ਦੇ ਲੱਡੂ ਜੋ ਮਰਜ਼ੀ ਬਣਾਓ ਤੁਸੀਂ ਤੇ ਬਸ ਪਕੜੋ ਤੇ ਨਾਲ ਨਾਲ ਪਤੰਗਾਂ ਵੀ ਉਡਾਓ ਤੇ ਨਾਲ ਨਾਲ ਖਾਈ ਵੀ ਜਾਓ ਅੱਧੀਆਂ ਰੈਸਪੀ ਸਾਡੀ ਇਸੇ ਤਰ੍ਹਾਂ ਦੀ ਹੈ ਕਿ ਜਦੋਂ ਤੁਸੀਂ ਪਤੰਗ ਉਡਾ ਰਹੇ ਹੋ ਤੇ ਨਾਲ ਨਾਲ ਤੁਹਾਨੂੰ ਐਨਰਜੀ ਵੀ ਮਿਲਦੀ ਰਹਿਣੀ ਚਾਹੀਦੀ ਹੈ ਐਨਰਜੀ ਕਿੱਥੋਂ ਮਿਲੇਗੀ ਐਂਡ ਤਿਲ ਹੈ ਦੇਸੀ ਘਿਓ ਹੈ ਇਹਦੇ ਨਾਲ ਐਨਰਜੀ ਮਿਲੇਗੀ ਤੇ ਦੇਖਣਾ ਫਿਰ ਪਤੰਗਾਂ ਕਿੰਨੀ ਜ਼ਬਰਦਸਤ ਅਸਮਾਨ ਦੇ ਵਿੱਚ ਉੱਡਦੀਆਂ ਨੇ ਹਾਂਜੀ ਥੋੜਾ ਜਿਹਾ ਕਲਰ ਐਡ ਕੀਤਾ ਦੇਖਣਾ ਕਿੰਨਾ ਸਾਨੂੰ ਕਲਰ ਚਾਹੀਦਾ ਰੈੱਡ ਕਲਰ ਕਦੀ ਵੀ ਨਾ ਪਾਓ ਕਿਉਂਕਿ ਜੇ ਡਾਇਰੈਕਟ ਕਲਰ ਪਾਓਗੇ ਤੇ ਕਲਰ ਜ਼ਿਆਦਾ ਪੈ ਜਾਂਦਾ ਹੈ ਇਸ ਵਿੱਚ ਇਸ ਤਰ੍ਹਾਂ ਪਾਣੀ ਦੇ ਵਿੱਚ ਘੋਲ ਕੇ ਤੁਸੀਂ ਪਾਣਾ ਹੈ ਤੇ ਇਸ ਨੂੰ ਗੈਸ ਨੂੰ ਕਰ ਦਿਓ ਬੰਦ ਸਿਰਫ ਸਾਡਾ ਤਿਆਰ ਹੈ ਇੱਧਰ ਸਾਡੀ ਜਿਹੜੀ ਸੂਜੀ ਵੀ ਹੈ ਉਹ ਵੀ ਭੁੱਜ ਚੁੱਕੀ ਹੈ ਹੁਣ ਇਸ ਦੇ ਵਿੱਚ ਅਸੀਂ ਥੋੜੇ ਜਿਹੇ ਕੋਕੋਨਟ ਪਾਵਾਂਗੇ 2 ਤੋਂ 3 ਚਮਚ ਕੋਕੋਨਟ ਐਡ ਕਰਾਂਗੇ ਤੇ ਨਾਲ ਹੀ 2 ਚਮਚ ਜਿਹੜੇ ਹੈਗੇ ਅਸੀਂ ਇਹਦੇ ਵਿੱਚ ਜਿਹੜਾ ਮਿਲਕ ਪਾਊਡਰ ਐਡ ਕਰਾਂਗੇ ਇਹਨੂੰ ਅੱਛੀ ਤਰ੍ਹਾਂ ਮਿਕਸ ਕਰ ਲਿਆ ਸਾਰੀ ਚੀਜ਼ਾਂ ਲਓ ਜੀ ਚੰਗੀ ਤਰ੍ਹਾਂ ਮਿਕਸ ਹੋ ਗਈਆਂ ਹੁਣ ਇਸ ਦੇ ਵਿੱਚ ਅਸੀਂ ਜਿਹੜੀ ਆਪਣੀ ਚਾਸ਼ਨੀ ਬਣਾਈ ਸੀਗੀ ਉਹ ਇਹਦੇ 'ਚ ਐਡ ਕਰ ਦਿੰਦੀ ਬਸ ਹੌਲੀ ਹੌਲੀ ਐਡ ਕਰਾਂਗੇ ਦੇਖਣਾ ਕਿੰਨੀ ਵਧੀਆ ਚਟਪਟ ਦੀ ਰੈਸਪੀ ਮਿੰਟਾਂ ਵਿੱਚ ਤਿਆਰ ਤੇ ਖਾਣ ਦੀ ਬੜੀ ਜ਼ਬਰਦਸਤ ਬਸ ਹੁਣ ਇਸ ਪੁਆਇੰਟ ਤੇ ਹਿਲਾਉਂਦੇ ਰਹਿਣਾ 2 ਮਿੰਟ ਬੜੀ ਸੌਫਟ ਜੀ ਬਣੇਗੀ ਤੇ ਇਹਦੇ ਬਿਲਕੁਲ ਟੁਕੜੇ ਵੀ ਆਪਾਂ ਕੱਟਾਂਗੇ ਨਹੀਂ ਬਿਲਕੁਲ ਬਰਫੀ ਦੀ ਸ਼ੇਪ 'ਚ ਅਸੀਂ ਇਸਨੂੰ ਕੱਟਾਂਗੇ ਲਓ ਜੀ ਇੱਕਦਮ ਇਹ ਸੈੱਟ ਹੋਣ ਜਾ ਰਹੀ ਹੈ ਆ ਦੇਖੋ ਕਿੰਨੀ ਜ਼ਬਰਦਸਤ ਵਧੀਆ ਬਣ ਗਈ ਤੇ ਇਹਨੂੰ ਅਗਰ ਤੁਸੀਂ ਜਮਾਉਣਾ ਚਾਹੋ ਤਾਂ 10 ਮਿੰਟ ਦਾ ਫ੍ਰਿਜ 'ਚ ਰੱਖਣਾ ਸਰਦੀਆਂ ਦਾ ਮੌਸਮ ਹੈ ਵੈਸੇ ਹੀ ਬਹੁਤ ਜਲਦੀ ਇਹਨੇ ਜੰਮ ਜਾਣਾ ਹੈਗਾ ਬਾਹਰੀ ਪਏ ਵੀ ਜੰਮ ਸਕਦੀ ਹੈ ਬਟ ਜੇ ਤੁਹਾਨੂੰ ਜ਼ਰਾ ਜਲਦੀ ਹੈ ਤਾਂ ਥੋੜ੍ਹੇ ਜਿਹਾ ਬਸ ਇਸਨੂੰ ਫ੍ਰਿਜ ਦੇ ਵਿੱਚ ਰੱਖ ਲਿਆ ਗੈਸ ਅਸੀਂ ਕਰ ਦਿੱਤੀ ਹੈ ਬੰਦ ਤੇ ਹੁਣ ਅਸੀਂ ਇਸਨੂੰ ਬਾਹਰ ਨਿਕਾਲ ਲਾਂਗੇ ਹਾਂਜੀ ਹੁਣ ਇਸਨੂੰ ਥੋੜ੍ਹਾ ਜਿਹਾ ਹਿਲਾਵਾਂਗੇ ਕਿਉਂਕਿ ਅਸੀਂ ਇਸਨੂੰ ਸੈੱਟ ਕਰਨਾ ਪ੍ਰੋਪਰ ਕਿੰਨੀ ਕੁ ਪਤਲੀ ਚਾਹੀਦੀ ਹੈ ਤੁਸੀਂ ਦੇਖ ਲਓ ਚਟਪਟ ਦੀ ਰੈਸਪੀ ਮਿੰਟਾਂ ਸਕਿੰਟਾਂ ਘਰ ਬੈਠੇ ਬਿਠਾਏ ਤੁਸੀਂ ਉਹਦਾ ਮਜ਼ਾ ਲਓ ਤੇ ਇਸਦੇ ਉੱਪਰ ਅਸੀਂ ਤਿਲ ਪਾਵਾਂਗੇ ਦੇਖਣ ਨੂੰ ਲੱਗ ਰਹੀ ਹੈ ਨਾ ਵਧੀਆ
ਇੰਨੀ ਵਧੀਆ ਜ਼ਬਰਦਸਤ ਰੈਸਪੀ ਤਿਆਰ ਹੋਈ ਹੈ ਤਿਲ ਵਾਲੀ ਬਰਫੀ। ਹੁਣ ਅਸੀਂ ਇਸਨੂੰ ਜਮਾਵਾਂਗੇ ਤੇ ਫਿਰ ਤੁਹਾਨੂੰ ਕੱਟ ਕੇ ਇਸਦੇ ਪੀਸ ਦਿਖਾਵਾਂਗੇ। ਗਰਮ ਗਰਮ ਦੇ ਅਸੀਂ ਕਹਿੰਦੇ ਤਾਂ ਕਿ ਜਿਹੜੇ ਤਿੱਲੇ ਸਾਰੇ ਸੈੱਟ ਹੋ ਜਾਣ। ਹਾਂਜੀ, ਚੋਕਲੇਟ ਤੇ ਅਸੀਂ ਕੈਰਮਲਾਈਜ਼ ਜਿਹੜੇ ਹੈਗੇ ਪੌਪਕੋਰਨ ਬਣਾਵਾਂਗੇ। ਨਮਕੀਨ ਪੌਪਕੋਰਨ, ਬਟ ਪੌਪਕੋਰਨ ਤੁਸੀਂ ਅਕਸਰ ਖਾਂਦੇ ਹੋ, ਅੱਜ ਬਿਲਕੁਲ ਡਿਫਰੈਂਟ। ਉਹਦੇ ਲੱਡੂ ਬਣਾਵਾਂਗੇ ਦੇਖਣਾ। ਔਰ ਇੱਕ ਅਸੀਂ ਥੋੜਾ ਜਿਹਾ ਘਿਓ ਪਾਇਆ, 3-4 ਚਮਚ ਘਿਓ ਹੈ ਕੜਾਈ ਦੇ ਵਿੱਚ। ਪੌਪਕੋਰਨ ਪਾ ਦਾਂਗੇ ਔਰ ਕੁਛ ਨਹੀਂ ਐਡ ਕਰਨਾ, ਕੋਈ ਨਮਕ ਨਹੀਂ, ਕੋਈ ਕੁਛ ਨਹੀਂ। ਬਸ ਇਸ ਨੂੰ ਅਸੀਂ ਢੱਕ ਦਾਂਗੇ। 5-6 ਮਿੰਟ ਤੁਹਾਨੂੰ ਵੇਟ ਕਰਨੀ ਪਏਗੀ, ਫਿਰ ਜਦੋਂ ਪੌਪਕੋਰਨ ਬਣਨਗੇ ਉਸਦੇ ਬਾਅਦ ਨੈਕਸਟ ਅਸੀਂ ਜਿਹੜਾ ਸਟੈਪ ਹੈ ਕਰਾਂਗੇ। ਹਾਂਜੀ, ਸਾਡੇ ਕੋਲ ਮਿਲਕ ਕੰਪਾਊਂਡ ਇੱਕ ਪੀਸ ਹੈ, ਉਸਨੂੰ ਅਸੀਂ ਮਾਈਕ੍ਰੋ ਕਰਾਂਗੇ। ਪਹਿਲਾਂ ਸਿਰਫ 1 ਮਿੰਟ ਦੇ ਲਈ ਲਗਾਵਾਂਗੇ। ਹਾਂਜੀ, ਚੋਕਲੇਟ ਸਟੀ ਜਿਹੜੀ ਹੈਗੀ ਮੈਲਟ ਹੋ ਗਈ ਹੈ। ਹੁਣ ਅਸੀਂ ਇਸਦੇ ਵਿੱਚ ਪੌਪਕੋਰਨ ਐਡ ਕਰੀ ਜਾਵਾਂਗੇ। ਥੋੜ੍ਹਾ ਥੋੜ੍ਹਾ ਕਰਕੇ ਮਿਕਸ ਕਰੋ। ਬਹੁਤ ਵਧੀਆ ਸ਼ਾਨਦਾਰ ਕੋਟਿੰਗ ਹੋ ਰਹੀ ਹੈ। ਹਾਂ, ਚੋਕਲੇਟ ਵਾਲੇ ਪੌਪਕੋਰਨ ਬੱਚੇ ਤਾਂ ਇਹਨੂੰ ਘੁੱਟ ਕੇ ਪੈ ਜਾਂਦੀ। ਬੱਚਿਆਂ ਨੂੰ ਤਾਂ ਦਿਨ ਭਰ ਚੋਕਲੇਟ ਦੇਈ ਜਾਓ, ਕੋਈ ਨਾ ਕੋਈ ਚੀਜ਼ ਬੱਚੇ ਪਸੰਦ ਹੀ ਬਹੁਤ ਕਰਦੇ ਆ। ਇੱਕ ਤੁਹਾਨੂੰ ਮੈਂ ਹੋਰ ਇਹਦੇ ਚ ਟਿਪ ਦੱਸਾਂ, ਕਈ ਵਾਰੀ ਜਿਹੜੇ ਤੁਹਾਡੇ ਪੌਪਕੋਰਨਸ ਹੈ ਸਲਾਬ ਜਾਂਦੇ ਆ, ਤੁਸੀਂ ਉਸਨੂੰ ਇਸ ਤਰ੍ਹਾਂ ਵੀ ਕਰਕੇ ਗਰਮਾ ਗਰਮ ਕਰਕੇ ਤੁਸੀਂ ਇਹਨੂੰ ਖਾਓ। ਬਹੁਤ ਵਧੀਆ ਰੈਸਪੀ ਹੈ, ਜਿਸ ਤਰ੍ਹਾਂ ਅਸੀਂ ਕੈਰਮਲਾਈਜ਼ ਕੀਤੇ ਹੈ, ਅਤੇ ਇਹ ਬੜਾ ਮਜ਼ਾ ਆਉਂਦਾ ਜਦੋਂ ਇਹਨੂੰ ਤੁਸੀਂ ਰੈਸਪੀ ਨੂੰ ਬਣਾਓਗੇ। ਅਤੇ ਹੁਣ ਅਸੀਂ ਤੁਹਾਨੂੰ ਪੂਰਾ ਵਗੈਰਾ ਪ੍ਰੈਜੈਂਟ ਕਰਕੇ ਦਿਖਾਉਣ ਲੱਗੇ ਹਾਂ। ਹਾਂਜੀ, ਕੈਰਮਲਾਈਜ਼ ਅਸੀਂ ਪੌਪਕੋਰਨ ਬਣਾਉਣ ਲੱਗ ਜਾ ਰਹੇ। 1 ਕੋਲੀ ਸਾਡੇ ਕੋਲ ਚੀਨੀ ਹੈ, ਬਸ ਇਸਨੂੰ ਕੁਛ ਨਹੀਂ ਕਰਨਾ, ਕੋਈ ਕੜਛੀ ਨਾਲ ਨਹੀਂ ਹਿਲਾਉਣਾ, ਸਿਰਫ ਇਸ ਤਰ੍ਹਾਂ ਕਰਕੇ ਹਿਲਾ ਦਿਓ। ਕੋਈ ਪਾਣੀ, ਕੋਈ ਕੁਛ ਨਹੀਂ ਐਡ ਕਰਨਾ। ਅਤੇ ਇਸਦਾ ਜਿਹੜਾ ਜਦੋਂ ਇਹ ਥੋੜ੍ਹੀ ਮੈਲਟ ਹੋਏਗੀ ਅਤੇ ਫਿਰ ਅਸੀਂ ਉਸ ਤੋਂ ਬਾਅਦ ਤੁਹਾਨੂੰ ਦੱਸਦੇ ਹਾਂ ਵੀ ਕਿਸ ਤਰ੍ਹਾਂ ਇਹਦੇ 'ਚ ਐਡ ਕਰਨੀ। ਹਾਂਜੀ, ਚੀਨੀ ਮੈਲਟ ਹੋ ਗਈ, ਗੈਸ ਅਸੀਂ ਕਰ ਦਿੱਤੀ ਹੈ ਬੰਦ। ਬਸ ਇਸਨੂੰ ਹਿਲਾਈ ਜਾਓ ਚੰਗੀ ਤਰ੍ਹਾਂ ਜਦੋਂ ਚੀਨੀ, ਕਿਉਂਕਿ ਗੈਸ ਸਾਡੀ ਬੰਦ ਹੈ ਅਤੇ ਬਹੁਤ ਜ਼ਿਆਦਾ ਗਰਮ ਹੈ, ਇਸਨੂੰ ਬਿਲਕੁਲ ਵੀ ਟੱਚ ਨਹੀਂ ਕਰਨਾ। ਅਗਰ ਹੱਥ ਵੀ ਲਗਾਓਗੇ ਤਾਂ ਜਿਹੜਾ ਸਾਰਾ ਸਕਿਨ ਹੈ ਬਾਹਰ ਉੱਤਰ ਜਾਏਗੀ। ਇਸ ਕਰਕੇ ਬੜੇ ਧਿਆਨ ਦੇ ਨਾਲ ਇਹ ਕੰਮ ਕਰਨ ਵਾਲਾ ਹੈ। ਬਸ ਹੁਣ ਇਹਦੇ ਗਰਮ ਗਰਮ ਦੇ ਵਿੱਚ ਹੀ ਅਸੀਂ ਜਿਹੜੇ ਪੌਪਕੋਰਨਸ ਹੈ ਉਹ ਅਸੀਂ ਐਡ ਕਰਨ ਲੱਗੇ ਹਾਂ। ਕਿੰਨੇ ਵਧੀਆ, ਬਿਲਕੁਲ ਚੀਨੀ ਘੁਲ ਗਈ ਹੈ ਅਤੇ ਥੋੜ੍ਹਾ ਜਲਦੀ ਜਲਦੀ ਕੰਮ ਕਰਨਾ ਤਾਂ ਕਿ ਜੰਮ ਨਾ ਜਾਏ। ਪਹਿਲਾਂ ਤੁਹਾਨੂੰ ਦੇਖਣ ਤੋਂ ਲੱਗੇਗਾ ਕਿ ਇਹ ਕੋਟਿੰਗ ਨਹੀਂ ਹੋ ਰਹੀ, ਬਟ ਹੌਲੀ ਹੌਲੀ ਦੇਖਣਾ ਤੁਸੀਂ, ਇਹ ਸਾਰਾ ਇਹ ਮਿਕਸ ਹੋ ਜਾਏਗਾ ਸਭ ਕੁਛ ਹੀ। ਦੇਖੋ ਬਿਲਕੁਲ ਕੈਰਮਲਾਈਜ਼ ਤੇਰੀ ਜੰਮਦੀ ਹੈ, ਬਿਲਕੁਲ ਨਾ ਸਾਡੇ ਕੋਲ ਜੰਮਣ ਤੇ ਹੋਣ ਹੀ ਲੱਗ ਗਿਆ। ਬਸ ਇਹਨੂੰ ਥੋੜ੍ਹਾ ਜਿਹਾ ਸਲਾਈਟਲੀ ਜੇ ਠੰਡਾ ਹੋ ਜਾਏਗਾ ਤੇ ਫਿਰ ਇਸਦੇ ਆਰਾਮ ਦੇ ਨਾਲ ਲੱਡੂ ਬਣ ਜਾਏਗਾ। ਹਲੇ ਥੋੜ੍ਹਾ ਜਿਹਾ ਗਰਮ ਹੈ, ਬਸ 2 ਮਿੰਟ ਵੀ ਲਾਈ ਲਓ ਤਾਂ ਕਿ ਕੋਟਿੰਗ ਅੱਛੀ ਤਰ੍ਹਾਂ ਹੋ ਜਾਵੇ। ਇੰਨੀ ਵਧੀਆ ਖੁਸ਼ਬੂ, ਹਾਂ ਬਸ ਇੱਕ ਲੱਡੂ ਪਕੜੋ, ਕੋਈ ਜ਼ਰੂਰੀ ਨਹੀਂ ਵੀ ਇੱਕ ਕਰਕੇ ਪੌਪਕੋਰਨ ਖਾਣਾ, ਬਸ ਇੱਕ ਲੱਡੂ ਹੀ ਸਫੀਸ਼ੀਐਂਟ। ਬਸ ਇੱਕ ਲੱਡੂ ਪਕੜੋਗੇ ਤੇ ਆਰਾਮ ਨਾਲ ਤੁਸੀਂ ਇਸਦੇ ਮਜ਼ੇ ਲਓ। ਤਾਂ ਪਕੜੋ ਗਰਮ ਗਰਮ ਦੇ ਨਾਲ ਨਾਲ ਹੀ ਇਹਦੇ ਬਾਅਦ ਗਰਮ ਗਰਮ ਬਣਾਉਣੇ। ਥੋੜ੍ਹੇ ਵੀ ਠੰਡਾ ਹੋ ਗਿਆ ਅਤੇ ਬਣਨਗੇ ਵੀ, ਵੈਸੇ ਹੱਥਾਂ ਨੂੰ ਨਹੀਂ ਲੱਗ ਰਿਹਾ, ਹਲਕਾ ਜਿਹਾ ਲਾਈ ਅੱਧਾ ਕਰਕੇ ਲੱਡੂ ਜਿਹਾ ਵੱਟ ਲਾ ਤਾਂ ਸਾਰੇ। ਹਾਂ, ਦੇਖਿਆ ਕਿੰਨੇ ਵਧੀਆ ਜਿਹੜੇ ਪੌਪਕੋਰਨਸ ਕੈਰਮਲਾਈਜ਼ ਲੱਡੂ ਬਣ ਕੇ ਤਿਆਰ ਨੇ। ਬਸ ਇੱਦਾਂ ਹੀ ਪਕੜੋ, ਪਤੰਗ ਉਡਾਓ ਅਤੇ ਮਜ਼ੇ ਲਓ। ਹਾਂਜੀ, ਸੁੰਦਰ ਮੁੰਦਰੀ ਅਸੀਂ ਬੋਲਿਆ, ਪਤੰਗਾਂ ਅਸੀਂ ਉਡਾ ਰਹੇ ਹਾਂ ਅਤੇ ਉਸਦੇ ਲਈ ਅਸੀਂ ਤਿਆਰੀ ਪੂਰੀ ਫੁੱਲ ਕਰ ਲਈ ਹੈ। ਅੱਜ ਦੇਖੋ ਅਸੀਂ ਬਣਾਏ ਚੋਕਲੇਟ ਪੌਪਕੋਰਨਸ ਤੇ ਨਾਲ ਹੀ ਅਸੀਂ ਬਣਾ ਲਈ ਹੈ ਤਿੱਲਾਂ ਵਾਲੀ ਬਰਫੀ ਤੇ ਨਾਲ ਕੈਰਮਲਾਈਜ਼ ਜਿਹੜੇ ਅਸੀਂ ਪੌਪਕੋਰਨਸ ਬਣਾਏ ਹੈ ਤੇ ਨਾਲ ਅਸੀਂ ਪੂਰੀ ਪੈਕਿੰਗ ਕਰ ਲਈ ਇਹਦੀ, ਮੂੰਗੀ ਰਿਓੜੀ ਗੱਚਕ ਦੀ। ਤੇ ਹੁਣ ਅਸੀਂ ਤਾਂ ਚੱਲੇ ਹਾਂ ਜੀ ਪਤੰਗਾਂ ਉਡਾਉਣ ਤੇ ਸਾਰਾ ਕੁਝ ਨਾਲ ਲੈ ਕੇ, ਤੇ ਨਾਲ ਪਤੰਗਾਂ ਉਡਾਵਾਂਗੇ ਤੇ ਖਾਵਾਂਗੇ ਤੇ ਸਾਰਿਆਂ ਨੂੰ ਅੱਜ ਅਸੀਂ ਰਲ ਮਿਲ ਕੇ ਖਿਲਾਵਾਂਗੇ ਵੀ। ਹਾਂਜੀ, ਉਮੀਦ ਹੈ ਰੈਸਪੀ ਜ਼ਰੂਰ ਪਸੰਦ ਆਈ ਹੋਏਗੀ ਤੇ ਸਾਨੂੰ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਣਾ ਤੇ ਸਰ ਮਨਮੀਤ ਕੌਰ ਸਰ ਨੂੰ ਵੀ ਇਜਾਜ਼ਤ। ਅਗਲੇ ਐਪੀਸੋਡ ਦੇ ਵਿੱਚ ਫਿਰ ਮਿਲਾਂਗੇ, ਧੰਨਵਾਦ ਤੁਹਾਡਾ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ।
ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇਹਨਾਂ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।